टेक्नोलॉजी के युग के बहुत सारे तुहानू फायदे देखे होणगे मिले होणगे, पर कुछ खौफनाक घटनावां भी टेक्नोलॉजी के युग अंदर वापरियां ने। एक कंपनी है ओला, जिस दे विच असीं गड्डियां बुक करते हाँ, सानू घरों पिक किया जाता तो घर के ही छड़ दिता जाता। फायदे इस दे बहुत ज़्यादा तुसीं देखे होणगे, सुने होणगे, तुहानू फायदे मिले भी होणगे। पर इस कंपनी दे नाल रिलेटड एक खौफनाक हादसा वापरिया जलंधर दे एक नौजवान दे नाल। जिस ये नौजवान साढ़े नाल हैगे ने, राघव पुरी इन्हां दा नाम आ। कुछ दिन पहला इन्होंने इन्हां नूं बुकिंग पई ओला तो, तीन नौजवान इन्हां दी गड्डी दे विच बैठे, पर गड्डी ही लैके इन्हां दी फरार हो गए। इन्हां नूं काफ़ी सट्टां भी लाईआं, मारन की कोशिश की, गला घुटिया। राघव पुरी साढ़े नाल हैगे आ, सारी गलबात करदे आ कि किस तरीके नाल इन्हां बुकिंग पई सी, नौजवान किस तरह के देखते सीगे, तो की घटना इन्हां दे नाल वापरी सी, क्योंकि काफ़ी खौफनाक मंजर जिहड़ा आ इन्हां दे नाल वापरिया। हालांकि इन्हां नूं तां अपने वल्लों मार के सिट गए सी, पर किस्मत नूं कुछ होर मंजूर सी। राघव जी, सब तो पहलां तां इह दस्सो कि बुकिंग जिहड़ी तुहानूं पई सीगी किन्ने वजे पई सी? इह 8:30 तों 9:45 दे विच अपने बस स्टैंड तों पई सी जी, जलंधर बस। हांजी हांजी। ते किन्ने जाणे तुहाडे नाल बैठे सीगे ते उह किद्दां दे दिसदे सी? 3 जाणे सीगे, 2 ते नॉर्मल ही सीगे, 1 जेंटलमैन वर्गा ਸੀਗਾ, ਕਾਫੀ ਹਾਈ ਫਾਈ ਸੀ ਉਹ। ਤੇ ਜਦੋਂ ਬੈਠ ਕੇ ਗੱਡੀ ਦੇ ਵਿੱਚ ਤਾਂ ਉਹ ਨਾਮ ਆਉਂਦਾ, ਇੱਕ ਕਿਹੜੇ ਨਾਮ ਤੋਂ ਹੋਈ ਸੀ, ਕੁਝ ਯਾਦ ਹੈ ਕਿ ਤੁਹਾਨੂੰ ਕਿਹੜੇ ਨਾਮ ਤੋਂ ਹੋਈ ਸੀ? ਬੁਕਿੰਗ ਨਾਮ ਨਹੀਂ ਮੈਨੂੰ ਯਾਦ ਸਰ, ਕਿਉਂਕਿ ਮੈਂ ਚੱਕੀ, ਮੈਂ ਬੱਸ ਸਟੈਂਡ ਦੇ ਕੋਲ ਹੀ ਖੜਾ ਸੀਗਾ ਕੈਂਟ ਰੋਡ ਤੇ, ਤੇ ਮੈਨੂੰ 2 ਘੰਟੇ ਦੀ ਰੈਂਟਲ ਪਈ, ਤੇ ਮੈਂ ਉਸੇ ਟਾਈਮ ਉਹਨਾਂ ਨੂੰ ਕਾਲ ਕੀਤੀ। ਪਹਿਲਾਂ ਉਹਨਾਂ ਨੇ ਕਿਹਾ ਮੈਨੂੰ ਗੇਟ ਨੰਬਰ 2 ਤੋਂ ਪਿਕ ਕਰ ਲਓ, ਤੇ ਬਾਅਦ ਜਦੋਂ ਮੈਂ ਗੇਟ ਨੰਬਰ 2 ਤੇ ਗਿਆ ਤੇ ਉੱਥੇ ਜਾ ਕੇ ਕਾਲ ਕੀਤੀ, ਮੈਂ ਕਿਹਾ ਆ ਗਿਆ ਮੈਂ, ਤੇ ਉਹ ਕਹਿੰਦੇ ਨਾਲ ਦਿਆਂ ਕੋਲ ਪੁੱਛਦੇ, ਕਹਿੰਦੇ ਗੇਟ ਨੰਬਰ ਕੀ ਆ, ਤੇ ਪਿੱਛੋਂ ਆਵਾਜ਼ ਆਈ 1, ਤੇ ਉਹ ਕਹਿੰਦੇ ਗੇਟ ਨੰਬਰ 1 ਦੇ ਕੋਲ ਆਇਓ, ਗ੍ਰੇ ਮੈਟਰਸ ਦੇ ਕੋਲ। ਤੇ ਮੈਂ ਉੱਥੇ ਗੱਡੀ ਲਾਈ, ਉੱਥੋਂ ਉਹਨਾਂ ਨੇ ਆਪਣਾ ਜੋ OTP ਅਸੀਂ ਮੰਗਦੇ ਹਾਂ ਉਹਨਾਂ ਨੇ ਦਿੱਤਾ, ਤੇ ਮੈਨੂੰ ਕਹਿੰਦੇ ਕਪੂਰ ਥੱਲੇ ਤੋਂ 4-5 ਕਿਲੋਮੀਟਰ ਅੱਗੇ ਜਾਣਾ, ਤੇ ਮੈਂ ਨਾਲ ਹੀ ਚੱਲ ਪਿਆ ਜੀ। ਤੁਹਾਡੇ ਕੋਲ ਗੱਡੀ ਕਿਹੜੀ ਸੀ? ਸਵਿਫਟ ਭਾਈ, VDI। ਗੱਡੀ ਦਾ ਨੰਬਰ ਕਿੰਨਾ? PB08CU6907। ਅੱਛਾ, ਜਦੋਂ ਗੱਡੀ ਦੇ ਵਿੱਚ ਬੈਠ ਗਏ ਤੁਹਾਡੇ ਨਾਲ ਗੱਲਾਂ ਬਾਤਾਂ ਕੀ ਕਰਦੇ ਸੀ? ਨੋਰਮਲ ਸੀਗੇ ਕਿ ਤੁਹਾਨੂੰ ਪਹਿਲਾਂ ਕੁਝ ਸ਼ੱਕ ਹੋਇਆ? ਨਹੀਂ ਜੀ, ਬਿਲਕੁਲ ਨੋਰਮਲ ਜਾ ਰਹੇ ਸੀ ਆਪਣੇ, ਉਹਨਾਂ ਨੇ ਫੋਨ 'ਤੇ ਗਾਣੇ ਲਗਾ ਦੇ, ਅਤੇ ਬਿਲਕੁਲ ਨੋਰਮਲ ਜਾ ਰਹੇ ਸੀ। ਜਦੋਂ ਮੈਂ ਕੀ ਕਹਿੰਦੇ ਕਪੂਰ ਆਪਣੇ ਪੈਟਰੋਲ ਪਵਾਉਣ ਲੱਗਾ, ਉਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਪੈਟਰੋਲ ਪਵਾਉਣਾ, ਅਤੇ ਮੈਂ ਪੈਟਰੋਲ ਪਵਾਉਣ ਲੱਗਾ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਸਿਗਰਟ ਪੀ ਸਕਦੇ ਹਾਂ ਗੱਡੀ 'ਚ। ਮੈਂ ਕਿਹਾ ਸਿਗਰਟ ਅਲਾਊਡ ਨਹੀਂ ਹੈ, ਕਿਉਂਕਿ ਤੁਹਾਡੇ ਤੋਂ ਬਾਅਦ ਹੋਰ ਵੀ ਬੁਕਿੰਗ ਆਏਗੀ, ਅਤੇ ਸਮੈਲ, ਅਤੇ ਇਸ ਕਰਕੇ ਉਹ ਕਹਿੰਦੇ ਸਾਨੂੰ ਇੱਥੇ ਉਤਾਰ ਦੇ ਪੈਟਰੋਲ ਪੰਪ ਦੇ। ਬਾਅਦ 2 ਜਣੇ ਉਤਰ ਗਏ, ਅਤੇ ਅਸੀਂ ਪੈਟਰੋਲ ਪਵਾ ਕੇ ਆਏ, ਅਤੇ ਤਦ ਤੱਕ ਉਹ ਪੀ ਚੁੱਕੇ ਸੀ ਸਿਗਰਟ, ਅਤੇ ਰਸਤੇ 'ਚ ਵੀ ਉਹ ਮੈਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੇ ਸੀ ਕਿ ਸ਼ਰਾਬ ਪੀ ਲਾ, ਇੰਜੋਏ ਕਰੀਦਾ, ਇੱਦਾਂ ਦੀਆਂ ਗੱਲਾਂ ਕਰ ਰਹੇ ਸੀ। ਕਹਿੰਦੇ ਅਸੀਂ ਵੀ ਟੈਂਪੂ ਟਰੈਵਲ ਚਲਾਉਂਦੇ ਹਾਂ, ਪਰ ਅਸੀਂ ਤਾਂ ਪੀ ਕੇ ਹੀ ਚਲਾਉਂਦੇ ਹਾਂ, ਅਤੇ ਅਸੀਂ ਕਹਿਤਾ ਸੀ ਸਾਡੀ ਕੰਪਨੀ ਨੂੰ ਇਹ ਚੀਜ਼ ਨਹੀਂ, ਅਸੀਂ ਸ਼ਰਾਬ ਕੀ, ਅਸੀਂ ਸਿਗਰਟ ਪੀ ਕੇ ਵੀ ਨਹੀਂ ਜਾਣਾ। ਅੱਛਾ, ਤੇ ਰਸਤੇ ਦੇ ਵਿੱਚ ਮੈਨੂੰ ਲੱਗਦਾ ਕਿ 25-30 ਕਿਲੋਮੀਟਰ ਦਾ ਸਫ਼ਰ ਤੁਸੀਂ ਤੈਅ ਕੀਤਾ ਇੱਥੋਂ ਜਲੰਧਰ ਤੋਂ ਕਪੂਰਥਲੇ ਤੱਕ, ਨੋਰਮਲ ਗੱਲਾਂ ਬਾਤਾਂ ਹੋਈਆਂ ਜਾਂ ਪਹਿਲਾਂ ਸ਼ੱਕ ਪੈ ਗਿਆ ਸੀ? ਕੋਈ ਗੱਲ ਨਹੀਂ ਹੋਈ, ਉਹ ਕਹਿੰਦੇ ਜਦੋਂ ਕਪੂਰਥਲੇ ਕੋਲ ਪਹੁੰਚੇ ਅਤੇ ਉਸਨੇ ਆਪਣੇ ਦੋਸਤ ਨੂੰ ਜਿਹੜਾ ਪਿੱਛੇ ਬੈਠਾ ਸੀ ਉਸਨੂੰ ਇੰਨੀ ਗੱਲ ਕਹੀ ਕਿ ਮੰਮੀ ਨੂੰ ਫੋਨ ਕਰਦੇ, ਰੋਟੀ ਬਣਾ ਦੇਣ, ਆਪਾਂ ਪਹੁੰਚ ਗਏ ਹਾਂ। ਅਤੇ ਮੈਨੂੰ ਵੀ ਪੁੱਛਿਆ ਕਿ ਭਾਅ ਜੀ ਰੋਟੀ ਖਾ ਕੇ ਜਾਊਂਗੇ, ਅਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਭਾਅ ਜੀ, ਮੈਂ ਛੱਡ ਕੇ ਮੈਂ ਵਾਪਸ ਚਲੇ ਜਾਣਾ। ਅੱਛਾ, ਨੋਰਮਲ ਗੱਲਾਂ ਬਾਤਾਂ ਹੋਈਆਂ। ਅਤੇ ਫਿਰ ਜਦੋਂ ਤੁਸੀਂ ਕਪੂਰਥਲੇ ਪਹੁੰਚ ਗਏ ਤਾਂ ਉੱਥੇ ਕਪੂਰਥਲੇ ਪਹੁੰਚ ਕੇ ਗੱਡੀ ਰੋਕਣ ਲਈ ਉਹਨਾਂ ਨੇ ਕਿਹਾ ਕਿ ਜਾਂ ਤੁਹਾਨੂੰ ਘਰੇ ਜਾਣ ਲਈ ਕਿਹਾ, ਕੀ ਹੋਇਆ ਸੀ ਉੱਥੇ? ਉਸ ਤੋਂ ਬਾਅਦ ਜਦੋਂ 3-4 ਕਿਲੋਮੀਟਰ ਅੱਗੇ ਗਏ ਤਾਂ ਕਹਿੰਦੇ ਇੱਥੇ ਸਾਨੂੰ ਬੱਸ ਨਹੀਂ ਮਿਲਣੀ, ਅੱਗੇ ਛੱਡ ਦੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਲੋਕਲ ਰੈਂਟਲ ਆ, ਇਹ ਕਪੂਰਥਲੇ ਤੱਕ ਹੀ ਜਾਣੀ ਆ, ਅੱਗੇ ਸਰ ਨਹੀਂ ਜਾਣੀ। ਅਤੇ ਉਸਨੇ ਕੋਈ ਤਿਉਹਾਰ ਸੀਗਾ, ਉਸਨੇ ਮੇਰੇ ਇੱਥੇ ਲਗਾ ਤਾ, ਅਤੇ ਕਹਿੰਦਾ ਅੱਗੇ ਤੈਨੂੰ ਸਾਡੇ ਪਿੰਡ ਤੱਕ ਜੇ ਜਾਏਗਾ ਤੈਨੂੰ ਅਸੀਂ ਕੁਛ ਨਹੀਂ ਕਹਾਂਗੇ, ਜੇ ਤੂੰ ਸਾਨੂੰ ਪਿੰਡ ਤੱਕ ਨਹੀਂ ਪਹੁੰਚਾਇਆ ਤਾਂ ਅਸੀਂ ਤੇਰਾ ਕਰ ਦਿਆਂਗੇ। ਅਤੇ ਭਾਅ ਜੀ ਉੱਥੋਂ ਅਸੀਂ ਕੋਈ ਕਪੂਰਥਲੇ ਤੋਂ 20 ਕਿਲੋਮੀਟਰ ਅੱਗੇ ਉੱਚਾ ਪਿੰਡ ਲੱਗ ਗਏ, ਸੱਜੇ ਹੱਥ ਉਹਨੇ ਮੋੜਿਆ, ਅਤੇ ਉੱਥੇ ਫੈਸਲਾਬਾਦ ਕਹਿੰਦੇ ਅਸੀਂ ਜਾਣਾ ਆ। ਜਦੋਂ ਗੁਰੂ ਘਰ ਦਾ ਅਸੀਂ ਟੱਪੇ 6ਵੀਂ ਪਾਤਸ਼ਾਹੀ ਦਾ, ਉਸ ਤੋਂ 1 ਕਿਲੋਮੀਟਰ ਅੱਗੇ ਟੱਪੇ, ਅਤੇ ਉੱਥੋਂ ਕੱਚਾ ਰਸਤਾ ਆਉਂਦਾ ਸੀ ਭਾਅ ਜੀ, ਉਹ ਕੱਚੇ ਰਸਤੇ ਵੱਲ ਜਾਣ ਨੂੰ ਕਹਿ ਰਹੇ ਸੀ। ਮੈਂ ਉਹਨਾਂ ਨੂੰ ਇਹੀ ਕਹਿਤਾ, ਮੈਂ ਕਿਹਾ ਸਰ ਇੰਨੀ ਕੁ ਮੈਂ ਹੈਲਪ ਕਰਤੀ, ਅੱਗੇ ਮੈਂ ਜਾ ਨਹੀਂ ਸਕਦਾ ਕਿਉਂਕਿ ਅੱਗੇ ਮੇਰੀ ਗੱਡੀ ਫਸ ਜਾਣੀ। ਅਤੇ ਉਹਨਾਂ ਨੇ ਕਿਹਾ ਚੱਲ ਕੋਈ ਨਹੀਂ, ਇੱਕ ਬੰਦਾ ਬਾਥਰੂਮ ਕਰਨ ਦੀ ਉਤਰਿਆ, ਮੈਨੂੰ ਕਹਿੰਦਾ ਰਾਈਟ ਸਟੋਪ ਕਰ, ਮੈਂ ਕਰਨ ਲੱਗਾ, ਨਾਲ ਹੀ ਪਿੱਛੋਂ ਕੀ ਕਹਿੰਦੇ ਕਾਲੇ ਰੰਗ ਦਾ ਪਰਨਾ ਸੀਗਾ ਉਹਨਾਂ ਨੇ ਪਾਤਾ, ਅਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕਿੱਦਾਂ ਉਹ ਸੁੱਟ ਗਏ।
ਤੇ ਅੱਧੇ ਪੌਣੇ ਅੱਧੇ ਇੱਕ ਘੰਟੇ ਬਾਅਦ ਮੈਨੂੰ ਹੋਸ਼ ਆਈ ਤੇ ਮੈਂ ਤੁਰ ਕੇ ਗੁਰਦੁਆਰਾ ਸਾਹਿਬ ਤੱਕ ਪਹੁੰਚਿਆ। ਉੱਥੇ ਦੇ ਸੰਤ ਸੀ ਜਿਨ੍ਹਾਂ ਨੇ ਪਹਿਲਾਂ ਬਿਠਾ ਕੇ ਪਾਣੀ ਪਿਲਾਇਆ, ਫਿਰ ਦੁੱਧ ਪਿਲਾਇਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਉੱਥੇ ਦੇ ਬੰਦੇ ਨੂੰ ਬੁਲਾਇਆ, ਪੁਲਸੀਏ ਨੂੰ ਬੁਲਾਇਆ। ਜਦੋਂ ਪਰਨਾ ਗੱਲ 'ਚ ਪਾਇਆ, ਪਿਛਲੀ ਸੀਟ 'ਤੇ ਜਿਹੜਾ ਬੰਦਾ ਬੈਠਾ ਸੀ ਉਹਨੇ ਗੱਲ 'ਚ ਪਰਨਾ ਪਾ ਕੇ ਘੁੱਟਤਾ ਸੀ, ਤੁਹਾਡੇ ਨਿਸ਼ਾਨ ਵੀ ਹੈਗੇ ਨੇ? ਹਾਂਜੀ ਹਾਂਜੀ, ਆਹ ਦੇਖੋ ਜੀ ਸਾਰੇ ਨੇ। ਉਹਦੇ ਨਾਲ ਮੇਰੀਆਂ ਅੱਖਾਂ 'ਚ ਵੀ ਖੂਨ ਉਤਰ ਗਏ। ਕਿੰਨੀ ਦੇਰ ਉਹਨਾਂ ਨੇ ਘੁੱਟਿਆ ਸੀ ਤੁਹਾਨੂੰ? ਇਹ ਕੋਈ 4 ਤੋਂ 5 ਮਿੰਟ, ਕਿਉਂਕਿ ਸਾਡੇ ਕੋਲ ਫੁਟੇਜ ਹੈਗੀ ਹੈ, ਅਸੀਂ ਸਾਰੀਆਂ ਫੁਟੇਜ ਕਢਾਈਆਂ। 9:52 ਤੇ ਗੁਰਦੁਆਰਾ ਸਾਹਿਬ ਤੋਂ ਗੱਡੀ ਤੁਰੀ ਹੈ ਤੇ 1 ਕਿਲੋਮੀਟਰ ਜਾ ਕੇ ਮੇਰੇ ਨਾਲ ਕੰਮ ਹੋ ਗਿਆ ਤੇ 2:59 ਤੇ ਸਾਨੂੰ ਵਾਪਸੀ ਆਉਂਦੀ ਦਿਖੀ। ਅੱਛਾ, ਤੁਹਾਨੂੰ ਪਹਿਲਾਂ ਉਹਨਾਂ ਨੇ ਗਲ 'ਚ ਪਰਨਾ ਪਾ ਕੇ ਘੁੱਟਤਾ, ਤਾਂ ਮਤਲਬ ਜਿਹੜੇ ਹਿਸਾਬ ਨਾਲ ਨਿਸ਼ਾਨ ਤੁਹਾਡੇ ਗਲੇ ਦੇ ਉੱਪਰ ਪਏ, ਅੱਖਾਂ 'ਚ ਖੂਨ ਆਇਆ ਤੁਹਾਡੇ, ਤਾਂ ਲੱਗਦਾ ਕਿ ਆਪਣੇ ਵੱਲੋਂ ਤਾਂ ਮਾਰ ਕੇ ਸਿੱਟ ਗਏ ਤੁਹਾਨੂੰ? ਹਾਂਜੀ ਹਾਂਜੀ ਜੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਮੇਰਾ ਸਰੀਰ ਵੀ ਆਕੜ ਗਿਆ ਸੀ ਤੇ ਜੋ ਕੁਦਰਤ ਦਾ ਸੀਗਾ ਕ੍ਰਿਸ਼ਮਾ, ਉਹਨਾਂ ਨੇ ਜਾਨ ਬਚਾ ਲਈ। ਜਦੋਂ ਤੁਹਾਨੂੰ ਗੱਡੀ 'ਚ ਉਹਨਾਂ ਨੇ ਲਾ ਕੇ ਬਾਹਰ ਸਿੱਟਿਆ ਜਦੋਂ, ਤਾਂ ਫਿਰ ਉਸ ਤੋਂ ਬਾਅਦ ਵੀ ਕੁੱਟਿਆ ਤੁਹਾਨੂੰ ਕਿ ਜਾਂ ਉੱਥੇ ਸਿੱਟ ਕੇ ਭੱਜ ਗਏ? ਉਸ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਉਹ ਮੇਰੇ ਸਿਰ 'ਤੇ ਕੁਛ ਵੱਜ ਰਿਹਾ ਅਤੇ ਆਪਣੇ ਇੱਥੇ ਬੱਖੀ 'ਤੇ ਵੱਜ ਰਿਹਾ। ਮੈਨੂੰ ਹੋਸ਼ ਨਹੀਂ ਸੀ, ਇੰਨਾ ਮਹਿਸੂਸ ਹੋ ਰਿਹਾ ਸੀ ਮੈਨੂੰ, ਅਤੇ ਕੋਈ 20-25 ਮਿੰਟ ਬਾਅਦ ਮੈਨੂੰ ਹੋਸ਼ ਆਈ, ਮੈਂ ਉੱਠਿਆ, ਆਪਣੇ ਉੱਠਣ ਜੋਗਾ ਹੋਇਆ। ਅਤੇ ਉਸ ਤੋਂ ਬਾਅਦ ਮੈਂ ਇੱਕ ਗੁਰਦੁਆਰਾ ਸਾਹਿਬ ਸੀਗਾ 1 ਕਿਲੋਮੀਟਰ ਉੱਥੋਂ, ਅਤੇ ਉੱਥੇ ਜਾ ਕੇ ਮੈਂ ਜ਼ੋਰ ਜ਼ੋਰ ਦੀ ਦਰਵਾਜ਼ੇ ਖੜਕਾਏ ਉਹਨਾਂ ਦੇ, ਅਤੇ ਉਹਨਾਂ ਦਾ ਇੱਕ ਜਿਹੜਾ ਸੀਗਾ ਅੱਗੇ ਆਇਆ, ਉਸ ਉਹਨੇ ਮੈਨੂੰ ਸੰਤਾਂ ਕੋਲ ਲੈ ਗਏ। ਫਿਰ ਉਹਨਾਂ ਨੇ ਪਹਿਲਾਂ ਕੀ ਕਹਿੰਦੇ ਉੱਥੇ ਦੇ ਹੈੱਡ ਨੂੰ ਬੁਲਾਇਆ ਜਿਹੜਾ ਸੀਗਾ ਆਪਣੇ ਪਿੰਡ ਦਾ, ਅਤੇ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਆਇਆ, ਪਿੰਡ ਦੇ ਸਰਪੰਚ ਨੇ ਗਾਂ ਪੁਲਿਸ ਬੁਲਾਈ, ਅਤੇ ਪੁਲਿਸ ਉਦੋਂ ਇਹੀ ਕਹਿੰਦੀ ਸੀ ਕਿ ਤੁਹਾਡਾ ਕੰਮ ਹੋ ਜਾਏਗਾ, ਚਿੰਤਾ ਨਾ ਕਰੋ। ਅਤੇ ਉੱਥੋਂ ਗੁਰਦੁਆਰਾ ਸਾਹਿਬ ਤੋਂ ਅਸੀਂ ਉਹਨਾਂ ਨੂੰ ਕਿਹਾ FIR ਪਰਚਾ ਕੱਟ ਦਿਉ, ਉਹਨਾਂ ਨੇ ਪਰਚਾ ਨਹੀਂ ਕੱਟਿਆ ਪਹਿਲਾਂ, ਕਹਿੰਦੇ ਬਿਆਨ ਹੋ ਗਏ ਸਵੇਰੇ 9:30 ਆਈਓ। ਅਤੇ ਫਿਰ ਅਸੀਂ ਉਹਨਾਂ ਦੇ ਕਹੇ ਮੁਤਾਬਕ ਆਪਾਂ ਵਾਪਸ ਆਉਣ ਲੱਗੇ, ਅਸੀਂ ਬਸਤੀ ਬਾਬਾ ਖੇਲ ਕੋਈ ਪਹੁੰਚੇ ਸੀ ਅਤੇ ਦੁਬਾਰਾ ਉਹਨਾਂ ਦਾ ਕੋਲ ਆ ਗਿਆ ਕਿ FIR ਹੁਣੇ ਕੱਟਣੀ ਹੈ। ਅਤੇ ਉਦੋਂ FIR ਕੱਟੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਹਿੰਦੇ ਸਾਨੂੰ ਇਹ ਕਹਿਤਾ ਕਿ ਸਵੇਰ ਤੱਕ ਗੱਡੀ ਮਿਲ ਜੂਗੀ। ਸਵੇਰੇ ਆ ਜਿਹੜੇ ਸਾਰੇ ਮੇਰੇ ਵਾਇਰਲੈਸ ਕਿੰਨੇ ਵਜੇ ਕੀਤੀ, ਕਿਉਂਕਿ ਜਿਹੜੀਆਂ ਵੀਡੀਓਜ਼ ਅਸੀਂ ਦੇਖੀਆਂ ਨੇ ਉਹਨਾਂ ਵੀਡੀਓ ਦੇ ਵਿੱਚ ਜੇ ਤਰਨ ਤਰਨ ਵੱਲ ਨੂੰ ਉੱਥੋਂ ਕਪੂਰਥਲੇ ਤੋਂ ਤਰਨ ਤਰਨ ਰੋਡ 'ਤੇ ਗੱਡੀ ਜਾਂਦੀ ਆ, ਤਾਂ ਉਹ ਕਿੰਨਾ ਕੁ ਟਾਈਮ ਸੀਗਾ ਉਹਨਾਂ ਵਾਇਰਲੈਸ ਕਿਉਂ ਨਹੀਂ ਕੀਤਾ, ਕਿਉਂਕਿ ਰਾਤ ਨੂੰ ਤਾਂ ਕਹਿੰਦੇ ਕਰਫਿਊ ਵੀ ਲੱਗ ਜਾਂਦਾ? ਉਹਨਾਂ ਨੇ ਤਾਂ ਕਿਹਾ ਸੀ ਜਦੋਂ 10:30 ਮੈਂ ਪਹੁੰਚ ਗਿਆ ਸੀ ਗੁਰਦੁਆਰਾ ਸਾਹਿਬ, ਉਹ ਤੋਂ 5 ਕੁ ਮਿੰਟ ਬਾਅਦ ਪੁਲਿਸ ਆ ਗਈ ਮੇਰੇ ਕੋਲ, ਅਤੇ ਉਦੋਂ ਉਹਨਾਂ ਨੇ ਵਾਇਰਲੈਸ ਮੇਰੇ ਸਾਹਮਣੇ ਕੀਤੀ ਪੀਲੀ ਪਲੇਟ, ਅਤੇ ਉਹ ਮੇਰੇ ਸਾਹਮਣੇ ਅਸੀਂ ਵੀ ਸਾਡੀਆਂ ਤਿੰਨ ਗੱਡੀਆਂ ਵਾਪਸੀ, ਪੀਲੀ ਨੰਬਰ ਪਲੇਟ ਸੀ, ਅਤੇ ਪੁਲਿਸ ਸਾਈਡ 'ਤੇ ਬੈਠੀ ਸੀ। ਉਹਨਾਂ ਨੇ ਕੋਈ ਸਾਨੂੰ ਚੈੱਕ ਵੀ ਨਹੀਂ ਕੀਤਾ ਕਿ ਗੱਡੀ ਕਿਹੜੀ ਆ ਰਹੀ ਹੈ। ਤੁਸੀਂ ਆਪੇ ਸੋਚੋ ਕਪੂਰਥਲੇ ਤੋਂ ਜਲੰਧਰ ਤੱਕ ਕਿੰਨੇ ਹੈਗੇ ਆ ਭਾਜੀ? ਹੁਣ ਮੈਨੂੰ ਲੱਗਦਾ ਕਿ 2-3 ਦਿਨ ਹੋ ਗਏ ਇਹ ਹਾਦਸਾ ਵਾਪਰੇ ਨੂੰ, ਤੇ ਇਹ ਗੱਡੀ ਦਾ ਕੋਈ ਅਤਾ ਪਤਾ ਲੱਗਾ ਹੋਵੇ, ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ? ਕੁਛ ਨਹੀਂ ਪਤਾ ਲੱਗਾ ਜੀ, ਕੋਈ ਗੱਲ ਨਹੀਂ ਜੀ। ਕਿੰਨੇ ਚਿਰ ਤੋਂ ਤੁਸੀਂ ਗੱਡੀ ਚਲਾ ਰਹੇ ਸੀ? ਮੈਂ ਆਪਣੇ 22 ਦਸੰਬਰ 2018 ਤੋਂ ਚਲਾ ਰਿਹਾ ਸੀ ਓਲਾ 'ਚ। ਓਲਾ 'ਚ ਵੀ ਅਸੀਂ ਤਦੀ ਲਗਾਈ ਸੀ ਕਿ ਚਲੋ ਇਹਦੇ ਵਿੱਚ ਸੇਫ ਹੁੰਦਾ, ਅਤੇ ਜਦੋਂ ਅਸੀਂ ਕੀ ਕਹਿੰਦੇ ਆ ਜੇ ਅਸੀਂ ਓਲਾ ਦੇ ਕੋਈ ਵੀ ਕਸਟਮਰ ਓਲਾ ਨੂੰ ਕੰਪਲੇਂਟ ਕਰਦਾ ਸਾਡੀ ਝੂਠੀ ਸੱਚੀ ਡਰਾਈਵਰ ਦੀ, ਅਤੇ ਡਰਾਈਵਰ ਦੀ 2-3 ਦਿਨ ਲਈ ਗੱਡੀ ਬੰਦ ਹੋ ਜਾਂਦੀ ਆ, ਅਤੇ ਡਰਾਈਵਰ ਨੂੰ ਉੱਥੇ ਬੁਲਾਇਆ ਜਾਂਦਾ ਅਤੇ ਉਹਨੂੰ ਪੁੱਛਿਆ ਜਾਂਦਾ, ਅਤੇ ਘਟਨਾ ਨੂੰ ਅੱਜ ਕਿੰਨੇ ਦਿਨ ਹੋ ਗਏ ਆ, ਸਾਡੇ ਨਾਲ ਓਲਾ ਨੇ ਕੋਈ ਗੱਲ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਕੰਪਨੀ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ, ਕੰਪਨੀ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ। ਤੁਹਾਡੀ 4-5 ਲੱਖ ਦੀ ਹੈ ਉਹ, ਮਤਲਬ ਜੇ ਉਹਦਾ ਮਾਡਲ ਦੇ ਹਿਸਾਬ ਨਾਲ ਰੇਟ ਵੀ ਕੱਢੀ ਤਾਂ ਇੰਨਾ ਕੁ ਰੇਟ ਬਣਦਾ, ਕੰਪਨੀ ਨੇ ਕੋਈ ਜ਼ਿੰਮੇਵਾਰੀ ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਚੱਕੀ ਉਹ ਆਪਣੇ, ਸਿਰਫ ਉਹਨਾਂ ਨੂੰ ਇਹੀ ਮਤਲਬ ਆਪਣੀ ਕਮਿਸ਼ਨ ਉਹ ਸਾਡੇ ਤੋਂ 25% ਲੈਂਦੀ ਆ, ਅਤੇ ਉਹਦੇ ਵਿੱਚ ਸਾਰਾ ਰਿਸਕ ਸਾਨੂੰ ਆ, ਉਹਨਾਂ ਨੂੰ ਕੋਈ ਰਿਸਕ ਨਹੀਂ, ਉਹਨਾਂ ਨੂੰ ਆਪਣੀ ਪੇਮੈਂਟ ਨਾਲ ਮਤਲਬ ਆ। ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਨਹੀਂ ਤਾਂ ਓਲਾ ਉਹਨਾਂ ਕੋਲ ਸਾਰੇ ਰਿਕਾਰਡ ਹੁੰਦੇ ਆ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਫੋਨ ਸੀਗੇ ਤੁਹਾਡੇ, ਫੋਨ ਵੀ ਨਾਲ ਗੱਡੀ 'ਚ ਪਏ ਹੋਣਗੇ, ਉਹ ਵੀ ਨਾਲ ਲੈ ਗਏ ਜੀ? ਫੋਨ ਵੀ ਚਲੇ ਗਏ ਜੀ। ਲੋਕੇਸ਼ਨ ਟਰੇਸ ਨਹੀਂ ਕੀਤੀ ਪੁਲਿਸ ਨੇ? ਸਰ ਲੋਕੇਸ਼ਨ ਕੋਈ ਟਰੇਸ ਨਹੀਂ ਹੋਈ ਪੁਲਿਸ ਨੂੰ। ਪੁਲਿਸ ਨੂੰ ਮੈਂ ਕੀ ਕਹਿੰਦੇ ਜਿਸ ਦਿਨ 22-23 ਬੁੱਧਵਾਰ ਰਾਤੀ ਜਦੋਂ ਮੇਰਾ ਹੋਇਆ ਕੰਮ, ਉਸ ਤੋਂ ਬਾਅਦ ਵੀਰਵਾਰ 'ਤੇ ਅਸੀਂ ਉੱਥੇ ਹੀ ਸਾਰੀ ਦਿਹਾੜੀ ਲਾਈ, 7-8 ਵਜੇ ਤੱਕ ਆ ਸਾਰੇ ਮੇਰੇ ਭਰਾਵਾਂ ਨੇ ਹਰ ਇੱਕ ਨਾਕੇ ਦਾ CCTV ਫੁਟੇਜ ਚੈੱਕ ਕੀਤੀ ਜਿਹੜੀ ਸਾਡੇ ਕੋਲ ਆ, ਅਤੇ ਉਸ ਤੋਂ ਬਾਅਦ ਦੂਸਰੇ ਦਿਨ ਵੀ ਸ਼ੁੱਕਰਵਾਰ ਸਵੇਰੇ ਮੇਰਾ ਫੋਨ ਔਨ ਸੀਗਾ, ਸਾਰਿਆਂ ਨੇ ਕੀਤਾ, ਮਗਰ ਪੁਲਿਸ ਇਹੀ ਕਹਿੰਦੀ ਬਈ ਪੁਲਿਸ ਨੂੰ ਕਹਿੰਦੇ ਟਰੇਸਿੰਗ 'ਤੇ ਲਗਾਓ। ਈਵਨ ਮੈਂ ASI ਨੂੰ ਵੀ ਕਿਹਾ, ਮੈਂ ਕਿਹਾ ਤੁਸੀਂ ਲਾ ਕੇ ਦੇਖੋ। ਸ਼ੁੱਕਰਵਾਰ ਮੇਰੇ ਕੋਲ ਬੱਸ ਸਟੈਂਡ ਆਏ ਸੀਗੇ, ਕੀ ਕਹਿੰਦੇ CCTV ਚੈੱਕ ਕਰਨ, ਉਹ ਪਰ ਦੁਕਾਨ ਬੰਦ ਹੋ ਗਈ ਸੀ, ਅਤੇ ਉਹਨਾਂ ਨੂੰ ਵੀ ਮੈਂ ਕਿਹਾ, ਮੈਂ ਕਿਹਾ ਸਰ ਮੇਰਾ ਚੱਲਦਾ ਪਿਆ। ਉਹਨਾਂ ਨੇ ਕਿਹਾ ਕੋਈ ਨਹੀਂ ਟਰੇਸਿੰਗ
ਪਰ ਕਹਿੰਦੇ ਟ੍ਰੇਸਿੰਗ ਅਸੀਂ ਤਾਂ ਕਰ ਸਕਦੇ ਹਾਂ ਜੇ ਤੁਹਾਡੇ ਤੇ ਕੋਲ ਉਹ ਪਿੱਕ ਕਰ। ਸੋ ਇਹ ਖੌਫਨਾਕ ਮੰਜ਼ਰ ਜਿਹੜਾ ਇਸ ਨੌਜਵਾਨ ਦੇ ਨਾਲ ਵਾਪਰਿਆ, ਕਿਉਂਕਿ ਕੰਪਨੀਆਂ ਦੇ ਵਿੱਚ ਗੱਡੀਆਂ ਇਹਨਾਂ ਨੇ ਇਸ ਕਰਕੇ ਲਾਈਆਂ ਹੁੰਦੀਆਂ ਕਿ ਥੋੜ੍ਹੀ ਜਿਹੀ ਸੇਫਟੀ ਹੁੰਦੀ ਆ, ਪਰ ਏਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਹੀ ਜੇਕਰ ਏਡੇ ਘਾਲੇ ਮਾਲੇ ਹੋਣ ਲੱਗ ਜਾਣ, ਏਡੇ ਵੱਡੇ ਪੱਧਰ ਦੇ ਉੱਪਰ ਹਾਦਸੇ ਵਾਪਰ ਜਾਣ, ਇੱਕ ਤਰ੍ਹਾਂ ਤਾਂ ਇਸ ਨੌਜਵਾਨ ਨੂੰ ਮਾਰ ਕੇ ਸਿੱਟ ਗਏ ਸੀ, ਕਿਉਂਕਿ ਜਿਸ ਤਰੀਕੇ ਨਾਲ ਅੱਖਾਂ ਦੇ ਵਿੱਚ ਖੂਨ ਆਇਆ ਹੋਇਆ, ਗਲੇ ਦੇ ਉੱਪਰ ਨਿਸ਼ਾਨ ਵਾ, ਪਿੰਡੇ ਦੇ ਉੱਪਰ ਵੀ ਹੋਰ ਵੀ ਕੁੱਟ ਮਾਰ ਦੇ ਨਿਸ਼ਾਨ ਹੈਗੇ ਨੇ, ਪਰ ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਆਪਣੇ ਵੱਲੋਂ ਉਹ ਮਾਰ ਕੇ ਸਿੱਟ ਗਏ ਸੀ। ਪਰ ਹੁਣ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਆ ਕਿ ਰਾਤ ਦੇ ਟਾਈਮ ਜਿਹੜਾ ਵਾ ਕਰਫਿਊ ਵੀ ਹੁੰਦਾ ਆ, ਤਾਂ ਗੱਡੀ ਕਿਉਂ ਨਹੀਂ ਨਾਕਿਆਂ ਦੇ ਉੱਪਰ ਰੋਕੀ ਗਈ। ਜਿਸ ਤਰੀਕੇ ਨਾਲ ਇਹਨਾਂ ਨੇ CCTV ਚੈੱਕ ਕੀਤੀ ਕਿ ਕਪੂਰਥਲੇ ਤੋਂ ਗੱਡੀ ਤਰਨ ਤਾਰਨ ਤੱਕ ਗਈ ਆ, ਤਾਂ ਉਸ ਤੋਂ ਅੱਗੇ ਗੱਡੀ ਕਿੱਧਰ ਗਈ ਆ, ਇਹ ਵੀ ਇੱਕ ਵਿਸ਼ਾ ਹੈਗਾ, ਸਵਾਲਾਂ ਦਾ ਘੇਰਾ ਹੈਗਾ। ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਏਡੇ ਵੱਡੇ ਕੰਪਨੀਆਂ ਦੇ ਵਿੱਚ ਵੀ ਏਡੇ ਵੱਡੇ ਹਾਦਸੇ ਵਾਪਰ ਜਾਣ ਤਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਜਾਂਦੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।